ਮੇਰਾ ਨਾਮ ਜੀ ਅਸਦੀਪ ਸਿੰਘ ਹੈ। ਅੱਜ ਅਸੀਂ ਲੁਧਿਆਣੇ ਦੇ ਵਿੱਚ ਸਾਈਕਲ ਰੇਸ ਕਰਵਾਈ ਹੈ ਤੇ ਸਾਊਦਰਨ ਬਾਈਪਾਸ ਤੇ ਰੇਸ ਅਸੀਂ ਕਰਵਾਈ ਹੈ ਤੇ ਇਸ ਰੇਸ ਦੇ ਵਿੱਚ ਭਾਈ 70 ਪਾਰਟਿਸਪੈਂਟ ਸੀਗਾ। ਅਲੱਗ ਏਜ ਕੈਟਾਗਰੀਆਂ ਸੀਗੀਆਂ ਅਲੱਗ ਅਲੱਗ, ਜਿਵੇਂ 18 ਤੋਂ 25, 25 ਤੋਂ 40, 40 ਪਲੱਸ। ਤੇ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਮੌਕਾ ਦਿੱਤਾ ਵੀ ਕਿ ਆਪਣੀ ਹੁਨਰ ਦਿਖਾਉਣ, ਆਪਣਾ ਪਾਰਟਿਸਪੇਸ਼ਨ ਕਰਕੇ, ਤੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ ਇਹਦੇ ਵਿੱਚ। ਤੇ ਇਹ ਰੇਸ ਭਾਜੀ ਦੋ ਕਲੱਬਸ ਵੱਲੋਂ ਕਰਾਈਆਂ ਗਈਆਂ ਨੇ, ਸ਼ਟਰ ਬਲੈਕਸ ਗਰੁੱਪ ਹੈ ਤੇ LPC ਗਰੁੱਪ ਹੈ, ਲੁਧਿਆਣਾ ਪੈਡਸ ਕਲੱਬ। ਤੇ ਭਾਜੀ ਇਸ ਸਹਿਯੋਗ ਦੇ ਨਾਲ ਸਾਡਾ ਇਵੈਂਟ ਹੋਇਆ ਵਾ। ਤੇ ਸਰ ਬਹੁਤ ਵਧੀਆ ਉਤਸ਼ਾਹ ਮਿਲਿਆ ਸਰ ਸਾਨੂੰ, ਜਿਹਦੇ ਕਿ ਬੱਚੇ ਸਾਨੂੰ ਬਾਹਰੋਂ ਵੀ ਆਏ ਨੇ, ਲੁਧਿਆਣੇ ਤੋਂ ਨੀ, ਪੂਰੇ ਪੰਜਾਬ ਚੋਂ ਆਏ ਨੇ, ਚੰਡੀਗੜ੍ਹ ਤੋਂ ਆਏ ਨੇ ਤੇ ਦਿੱਲੀ ਤੋਂ ਵੀ ਆਏ ਨੇ, ਨੋਇਡਾ ਤੋਂ ਬੱਚੇ ਆਏ ਨੇ ਸਾਨੂੰ। ਭਾਜੀ ਇੱਕ ਕੈਟਾਗਰੀ ਸੀ 56 ਕਿਲੋਮੀਟਰ ਦੀ ਤੇ ਇੱਕ ਕੈਟਾਗਰੀ ਸੀ 28 ਕਿਲੋਮੀਟਰ। ਭਾਈ ਰੁਝਾਨ ਬਹੁਤ ਵਧੀਆ ਮਿਲਿਆ ਸੀ ਲੁਧਿਆਣੇ ਵਾਸੀਆਂ ਨੂੰ, ਇੱਕ ਰਿਕੁਐਸਟ ਕਰਾਂਗੇ ਕਿ ਵੱਧ ਚੜ੍ਹ ਕੇ ਅੱਗੇ ਸਾਈਕਲਿੰਗ ਤੇ ਚੜ੍ਹ ਸਾਈਕਲਿੰਗ ਕਰਨ, ਅੱਗੇ ਆਉਣ ਬੱਚਿਆਂ ਨੂੰ ਅੱਗੇ ਕਰਨ, ਨਸ਼ਿਆਂ ਤੋਂ ਬਚਾਈਏ, ਜਿਨ੍ਹਾਂ ਨੂੰ ਸਾਈਕਲਿੰਗ ਕਰਾਂਗੇ ਤਾਂ ਭਾਈ ਨਸ਼ਿਆਂ ਤੋਂ ਬਚਿਆ ਜਾਏਗਾ। ਭਾਈ ਬਹੁਤ ਫਰਕ ਪੈਂਦਾ, ਟ੍ਰੈਫਿਕ ਇੱਥੇ ਬਹੁਤ ਜ਼ਿਆਦਾ ਆ, ਸਾਡੇ ਕੋਲ ਟ੍ਰੈਕਸ ਨਹੀਂ ਹੈਗੇ, ਜੇ ਟ੍ਰੈਕਸ ਹੋਣਗੇ ਤਾਂ ਅਸੀਂ ਹੋਰ ਇਹਨੂੰ ਮੋਟੀਵੇਟ ਕਰ ਸਕਦੇ ਹਾਂ। ਮੇਰਾ ਨਾਮ ਜਤਿੰਦਰ ਕੌਰ ਹੈ। ਬਹੁਤ ਵਧੀਆ ਐਕਸਪੀਰੀਅੰਸ ਥਾ, ਰੂਟ ਬਹੁਤ ਅੱਛਾ ਥਾ ਔਰ ਵਾਲੰਟੀਅਰਸ ਨੇ ਵੀ ਬਹੁਤ ਅੱਛਾ ਕੰਮ ਕੀਆ, ਟ੍ਰੈਫਿਕ ਸਾਰਾ ਸੰਭਾਲਾ ਉਥੇ, ਮੁਝੇ ਥਾ ਕਿ ਸ਼ਾਇਦ ਯੂ ਟਰਨ ਤੇ ਬਹੁਤ ਹੋਗਾ, ਬਟ ਐਵਰੀਥਿੰਗ ਵਾਸ ਪਰਫੈਕਟ, ਬਹੁਤ ਅੱਛਾ ਥਾ ਐਂਡ ਪੋਸਟ ਰੇਸ ਵੀ ਬਹੁਤ ਅੱਛਾ, ਰਿਫਰੈਸ਼ਮੈਂਟਸ ਐਂਡ ਆਲ, ਸਾਰਾ ਇੰਤਜ਼ਾਮ ਬਹੁਤ ਅੱਛਾ ਥਾ। ਹਮਾਰੀ ਥੀ 28 ਕਿਲੋਮੀਟਰ, 14 ਕਿਲੋਮੀਟਰ ਕੇ ਦੋ ਲੂਪਸ ਥੇ, ਤੋ ਬੇਸਿਕਲੀ ਹਮੇ ਤੀਨ ਬਾਰ ਯੂ ਟਰਨ ਲੈਣਾ ਥਾ, ਤੋ ਐਵਰੀਥਿੰਗ ਵਾਸ ਵੈਲ ਮੈਨੇਜਡ, ਕਿਉਂਕਿ ਟ੍ਰੈਫਿਕ ਵੀ ਸਾਥ ਮੇ ਥਾ, ਬਟ ਸਭ ਕੁਛ ਮੈਨੇਜ ਅੱਛਾ ਸੇ ਕੀਆ ਹੁਆ ਥਾ। ਸਾਈਕਲ ਯੂਜ ਕਰਨਾ ਚਾਹੀਏ ਬਿਕਾਜ਼ ਜਿਤਨਾ ਆਪ ਯੂਜ ਕਰੋਗੇ, ਕਿਉਂਕਿ ਅਗਰ ਹਮ ਪੰਜਾਬੀ ਚ ਬੋਲਣਾ, ਪੁਰਾਣੇ ਲੋਕ ਜਿਹੜੇ ਸੀਗੇ ਉਹ ਸਾਈਕਲ ਚਲਾਉਂਦੇ ਸੀਗੇ, ਮੇਰੇ ਪੜਨਾਨਾ ਜੀ ਸੀਗੇ ਉਹ 92 ਇਅਰਸ ਤੇ ਸਾਈਕਲ ਚਲਾਉਂਦੇ ਸੀਗੇ ਤੇ ਪੈਦਲ ਤੁਰ ਕੇ ਜਾਂਦੇ ਸੀ ਬਹੁਤ ਲੰਬੇ ਲੰਬੇ ਡਿਸਟੈਂਸ, ਤੇ ਅਸੀਂ ਛੋਟੇ ਡਿਸਟੈਂਸ ਦਾ ਸਾਈਕਲ ਤੇ ਕਵਰ ਕਰ ਹੀ ਸਕਦੇ ਹਾਂ। ਤੇ ਹੁਣ ਐਕਚੁਅਲੀ ਸਾਡਾ ਲਾਈਫ ਸਟਾਈਲ ਵੀ ਥੋੜਾ ਖਰਾਬ ਹੋ ਗਿਆ, ਸਾਡੀ ਡਾਇਟ ਇੰਨੀ ਵਧੀਆ, ਇੰਨੀ ਪਿਓਰ ਰਹੀ ਨਹੀਂ ਹੈ, ਲੋਕੀ ਅੱਜ ਕੱਲ੍ਹ ਜੰਕ ਫੂਡ ਬਹੁਤ ਖਾਂਦੇ, ਪਰ ਇਹ ਹੈ ਕਿ ਜੇ ਤੁਸੀਂ ਖਾ ਰਹੇ ਹੋ ਤੇ ਤੁਹਾਨੂੰ ਉਸ ਨੂੰ ਵਰਕਆਊਟ ਵੀ ਕਰਨਾ ਚਾਹੀਦਾ, ਤੇ ਸਾਈਕਲਿੰਗ ਸਭ ਤੋਂ ਈਜ਼ੀ ਚੀਜ਼ ਹੈ ਕਰਨਾ। ਬਹੁਤ ਅੱਛਾ ਇਵੈਂਟ ਸੀ, ਵੈਲ ਆਰਗੇਨਾਈਜ਼ਡ, ਵੈਲ ਮੇਨਟੇਨ, ਮਤਲਬ ਰੋਡਸ ਵਗੈਰਾ ਸਭ ਬਹੁਤ ਵਧੀਆ ਕੀਤੀਆਂ ਹੋਈਆਂ ਸੀ, ਮੇਨਟੇਨ ਕਰਕੇ ਰੱਖੀਆਂ ਸੀ, ਟ੍ਰੈਫਿਕ ਰੋਕ ਰਹੇ ਸੀ, ਸਾਈਕਲਿਸਟ ਨੂੰ ਪ੍ਰੋਬਲਮ ਨਹੀਂ ਆਈ ਚਲਾਉਣ ਵਿੱਚ। 28 ਕਿਲੋਮੀਟਰ ਦੀ ਸੀ, 2 ਲੈਪ ਸੀਗੇ 14-14 ਦੇ, ਮੇਨ ਤਾਂ ਦੋ ਫਲਾਈਓਵਰ ਸੀਗੇ ਜੋ ਮਤਲਬ ਲਾਈਕ ਐਕਚੁਅਲੀ ਇਹ ਸੀਮੈਂਟਡ ਰੋਡ ਹੈ ਤਾਂ ਕਾਫੀ ਜ਼ੋਰ ਲੱਗਦਾ ਹੈ, ਬਟ ਇਟ ਵਾਸ ਫਨ ਜੀ। ਆਪਣੀ ਹੈਲਥ ਲਈ, ਹੈਲਥ ਵਿਲ ਬੀ ਦਾ ਪ੍ਰਾਇਓਰਿਟੀ, ਟਾਈਮ ਕੱਢਣਾ ਚਾਹੀਦਾ ਹੈ ਪਲੱਸ ਪਾਰਟਿਸਿਪੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ। ਮੈਂ ਲੁਧਿਆਣਾ ਪੈਡਲਰਸ ਕਲੱਬ ਵੱਲੋਂ ਮਨੀਸ਼ ਸ਼ਰਮਾ, ਤੇ ਅੱਜ ਜਿਹੜੀ ਕਿ ਸਾਈਕਲਿੰਗ ਰੇਸ ਵਿੱਚ ਰੋਡ ਸਾਈਕਲਿੰਗ, ਰੋਡ ਬਾਈਕ ਰੇਸ ਅਸੀਂ ਇਹਨੂੰ ਪ੍ਰੋਪਰਲੀ ਕਹਿ ਸਕਦੇ ਹਾਂ, ਅੱਗੇ ਵੀ ਆਰਗੇਨਾਈਜ਼ ਕੀਤੀ ਸੀ ਬਟ ਉਸ 'ਚ ਡਿਫਰੈਂਟ ਕੈਟੇਗਰੀ ਸੀ, ਅੱਜ ਸਪੈਸ਼ਲੀ ਰੋਡ ਬਾਈਕਸ ਵਾਸਤੇ ਕੀਤੀ ਸੀਗੀ।
ਕਾਫੀ ਅੱਛਾ ਰਿਸਪੋਂਸ ਮਿਲਿਆ ਔਰ ਮੈਂ ਪਹਿਲੇ ਤਾਂ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਨੂੰ ਫੈਸਿਲਿਟੀਜ਼ ਪਰਮਿਸ਼ਨ ਦਿੱਤੀਆਂ ਲੁਧਿਆਣਾ ਪੁਲਿਸ ਨੇ ਨੈਸ਼ਨਲ ਹਾਈਵੇ ਨੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜਿਹਦੇ ਕਰਕੇ ਬਾਕੀ ਪਾਰਟੀਸਪੈਂਟ ਸਾਡੇ ਕਾਫੀ ਜਗ੍ਹਾ ਤੋਂ ਆਏ ਨੇ ਪੰਜਾਬ ਪੂਰੇ ਤੋਂ ਆਏ ਨੇ ਚੰਡੀਗੜ੍ਹ ਤੋਂ ਆਏ ਨੇ ਦਿੱਲੀ ਤੋਂ ਆਏ ਨੇ ਤਾਂ ਕਾਫੀ ਅੱਛਾ ਰਿਸਪੋਂਸ ਮਿਲਿਆ ਤੇ ਅੱਗੇ ਵੀ ਇਹ ਕਰਦੇ ਰਹਾਂਗੇ ਸਾਈਕਲਿੰਗ ਟਰੈਕ ਜਿਹੜਾ ਹੈਗਾ ਉਹ 2 ਸਾਲ ਤੋਂ ਤਾਂ ਅਨਾਊਂਸ ਹੋ ਹੀ ਰਿਹਾ ਸੀ ਪਰ ਹੁਣ ਉਹ ਇੰਪਲੀਮੈਂਟ ਹੁੰਦਾ ਦਿਖ ਰਿਹਾ ਕਿਉਂਕਿ ਹੁਣ ਉਹ ਬਜਟ ਵੀ ਆ ਗਿਆ ਮੋਸਟ ਪ੍ਰੋਬਬਲੀ ਇਹ ਲੱਡੋਵਾਲ ਸਦਰਨ ਬਾਈਪਾਸ ਦੇ ਨਾਲ 13-14 ਕਿਲੋਮੀਟਰ ਦਾ ਟਰੈਕ ਇਹਨਾਂ ਨੇ ਬਣਾਉਣਾ ਉਹ ਬਹੁਤ ਅੱਛਾ ਰਹੇਗਾ ਉਹਦੇ ਨਾਲ ਕੀ ਹੈ ਵੀ ਸਾਈਕਲਿੰਗ ਨੂੰ ਜਿਹੜਾ ਥੋੜਾ ਹੋਰ ਪ੍ਰੋਮੋਸ਼ਨ ਹਾਂ ਵਿਨਰਸ ਰਹੇ ਨੇ ਵਿਨਰਸ ਨੂੰ ਅਸੀਂ ਡਿਫਰੈਂਟ ਕੈਟੇਗਰੀਜ ਦੇ ਏਜ ਵਾਈਜ਼ ਬਣਾਏ ਸੀਗੇ ਪਲੱਸ ਕੈਸ਼ ਪ੍ਰਾਈਜ਼ ਅਲੋਂਗ ਵਿਦ ਦੀ ਜਿਹੜੀ ਸਾਈਕਲਿੰਗ ਦੀਆਂ ਚੀਜ਼ਾਂ ਉਹ ਅਸੀਂ ਦਿੱਤੀਆਂ ਆਪਣੇ ਕਲੱਬ ਦੋਨਾਂ ਕਲੱਬਸ ਤੋਂ ਵੱਲੋਂ ਸਾਡੇ ਸਪੋਂਸਰਸ ਨੇ ਵੀ ਸਾਨੂੰ ਅੱਜ ਸਪੋਂਸਰ ਕੀਤਾ ਤੇ ਮਤਲਬ ਕਾਫੀ ਅੱਛਾ ਰਿਸਪੋਂਸ ਰਿਹਾ ਔਰ ਅੱਗੇ ਆਉਣ ਵਾਲੇ ਟਾਈਮ ਚ ਅਸੀਂ ਉਮੀਦ ਕਰਦੇ ਹਾਂ ਹੋਰ ਲੋਕ ਪਾਰਟੀਸਪੇਟ ਕਰਨ ਉਹਨਾਂ ਲਈ ਤਾਂ ਇਹੀ ਸੰਦੇਸ਼ ਹੈ ਵੀ ਤੁਸੀਂ ਨਿਕਲੋ ਬਾਹਰ ਰਾਦਰ ਦੈਨ ਤੁਸੀਂ ਇਨਡੋਰ ਐਕਟੀਵਿਟੀਜ਼ ਜਿਹੜੀਆਂ ਕਰਦੇ ਹੋ ਆਊਟਡੋਰ ਐਕਟੀਵਿਟੀਜ਼ ਕਰੋ ਉਹਦੇ ਨਾਲ ਕੀ ਹੈ ਵੀ ਤੁਹਾਡਾ ਇੱਕ ਮੈਂਟਲ ਸੈਟਅਪ ਵੀ ਜਿਹੜਾ ਠੀਕ ਹੁੰਦਾ ਹੈ ਔਰ ਦੂਸਰਾ ਹੈਲਥ ਵਾਸਤੇ ਵੀ ਬੜੀ ਹੈ ਫਰੈਸ਼ ਏਅਰ ਤੁਹਾਨੂੰ ਮਿਲਦੀ ਹੈ ਉਹਨਾਂ ਨੂੰ ਕਹਾਂਗੇ ਬੀਇੰਗ ਅ ਸਾਈਕਲਿੰਗ ਹੱਬ ਸਾਈਕਲ ਇੱਥੇ ਮੈਨੂਫੈਕਚਰ ਹੁੰਦਾ ਤੇ ਲੋਕਾਂ ਨੂੰ ਵੱਧ ਵੱਧ ਕਰਨਾ ਚਾਹੀਦਾ ਜੀ ਸਰ ਕੀ ਨਾਮ ਹੈ ਮੇਰਾ ਨਾਮ ਵਿਜੇ ਮਿੱਤਰ ਹੈ ਸਰ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਅੱਜ ਦੀ ਰਾਈਡ ਜਿਹੜੀ ਅੱਜ ਸ਼ਟਅਪ ਨੈਕਸਟ ਵਾਲਾ ਨੇ ਅੱਜ ਕੀਤਾ ਸੀ ਰਾਈਡ ਦਾ ਮੀਨਸ 40 ਕਿਲੋਮੀਟਰ ਸੀ 28 ਕਿਲੋਮੀਟਰ ਸੀ 56 ਕਿਲੋਮੀਟਰ ਸੀ ਔਰ ਬਹੁਤ ਵਧੀਆ ਉਪਰਾਲਾ ਕੀਤਾ ਨੇ ਸਾਡੇ ਕਲੱਬ ਨੇ ਇਹਨਾਂ ਨੇ ਲਾਸਟ ਡੇ ਕਰਾਈ ਸੀਗੀ ਔਰ ਬਹੁਤ ਵਧੀਆ ਇਹਨਾਂ ਨੇ ਅਰੇਂਜਮੈਂਟ ਕੀਤਾ ਔਰ ਇਹ ਮੈਸੇਜ ਦੇ ਰਹੇ ਆ ਆਪਣੇ ਸੋਸਾਇਟੀ ਨੂੰ ਇਸ ਕੈਂਪ ਤੇ ਵੀ ਸਭ ਜਾ ਕੇ ਆਏ ਹਨ ਜਿਹਨੇ ਜਸਟ ਔਰ ਆਪਣੇ ਨੂੰ ਜਾਣੇ ਉਹ ਵੀ ਤੇ ਬੜਾ ਹੀ ਮੈਸੇਜ ਜਾ ਰਿਹਾ ਦੇਖੋ ਇਹ ਜਿਹੜੀ ਸਾਈਕਲਿੰਗ ਹੈ ਬੈਸਟ ਹੈ ਆਪਣੀ ਸਿਹਤ ਵਾਸਤੇ ਔਰ ਇਹ ਜਿਹੜੇ ਸਮਝ ਹੈਗੇ ਆ ਗਜਸ ਲੂਟ ਹੈਗੇ ਆ ਜਿਹੜੇ ਗੇਸ ਰਹਿੰਦੇ ਆ ਉਹਨਾਂ ਕੀ ਹੁੰਦਾ ਕਿ ਬੱਚੇ ਦੀ ਕੁਝ ਰੇਡੀਓ ਦੀਆਂ ਜੋਸ਼ ਜਿਹੜਾ ਸਾਹਮਣੇ ਆਉਂਦਾ ਸਾਈਕਲਿੰਗ ਦਾ ਵਿਰੋਧ ਕਰਦੇ ਆ ਤੁਸੀਂ ਇਸ ਬਤਾਉਂਦੇ ਆ ਤੁਹਾਨੂੰ ਪਤਾ ਲੱਗਦਾ ਤੁਹਾਡੀ ਸਟੈਮਿਨਾ ਕਿੰਨਾ ਸੋ ਦਿਸ ਇਜ਼ ਬੈਸਟ ਅਸੀਂ ਕਹਿੰਦੇ ਆ ਇਸ ਤਰ੍ਹਾਂ ਦੇ ਇਵੈਂਟ ਹੁੰਦੇ ਰਹਿਣ ਨਹੀਂ ਮੇਰਾ ਮੈਸੇਜ ਯੂਥ ਨੂੰ ਵੀ ਹੈ ਕਿ ਦੇਖੋ ਐਸਾ ਕਿ ਜਿਹੜੀ ਏਜ ਹੈ ਯੂਥ ਵਾਲੀ ਅੱਜ ਤੁਸੀਂ ਆਪਣੇ ਹੱਥ ਪਾਓਗੇ ਸਾਈਕਲਿੰਗ ਦੀ ਤਾਂ ਤੁਹਾਨੂੰ ਸਾਡੀ ਉਮਰ ਤੱਕ ਕੋਈ ਮੁਸ਼ਕਲ ਨਹੀਂ ਹੋਣੀ ਜਿਹੜੇ ਜੰਕ ਫੂਡ ਖਾ ਰਹੇ ਆ ਪੀਜ਼ਾ ਖਾ ਰਹੇ ਆ ਸਵੇਰੇ ਲੇਟ ਉੱਠਦੇ ਆ ਉਹਨਾਂ ਦਾ ਜਿਹੜਾ ਟਾਈਮ ਟੇਬਲ ਜਿਹੜਾ ਹੈਗਾ ਅੱਛਾ ਕਿ ਉਹਨਾਂ ਦੀ ਏਜ ਜਿਹੜੀ ਹੈ ਜੇ ਹੋਏਗੀ ਲੰਬੀ ਏਜ ਪਰ ਬਿਮਾਰੀ ਵਾਲੀ ਏਜ ਹੋਏਗੀ ਸੋ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਜੀ ਉਸਨੂੰ ਕਿ ਉੱਠੋ ਜਾਗੋ ਭਾਗੋ ਦੌੜੋ ਸਿਹਤ ਅੱਛੀ ਹੈ ਸਭ ਠੀਕ ਹੈ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਸੇਫਟੀ ਤਾਂ ਨਹੀਂ ਹੈ ਇੱਥੇ ਪਰ ਹੁਣ ਜੇ ਤੁਸੀਂ ਸੇਫਟੀ ਦੀ ਤੁਹਾਨੂੰ ਜਗ੍ਹਾ ਨਾ ਮਿਲੇ ਇਸ ਵਿੱਚ ਸਾਈਕਲਿੰਗ ਨਹੀਂ ਚਲਾਉਣੀ ਤੁਸੀਂ ਜਗ੍ਹਾ ਅਸੀਂ ਲਾ ਲਓ ਇੱਥੇ ਰਸ਼ ਘੱਟ ਹੈਗਾ ਤੇ ਕਹਿੰਦੇ ਹੋਏ ਜੇ ਸਿਵਲ ਦੇ ਰਹੇ ਹੋ ਤੁਹਾਡੀ ਇੱਛਾ ਜੇ ਹੋਏ ਤੁਸੀਂ ਕਰ ਸਕਦੇ ਹੋ ਜ਼ਰੂਰੀ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਦੇਖੋ ਜਿੱਦਾਂ ਜਿੱਦਾਂ ਫੈਸਿਲਿਟੀ ਜ਼ਿਆਦਾ ਹੋਈ ਜਾ ਰਹੀਆਂ ਨੇ ਨਾ ਤਾਂ ਲਾਈਫ ਕੰਫਰਟੇਬਲ ਹੋਈ ਜਾ ਰਹੀ ਹੈਗੀ ਆ ਤੇ ਜਦੋਂ ਪਹਿਲਾਂ ਸਾਰੇ ਬੱਚੇ ਜਿਹੜੇ ਸੀਗੇ ਪੈਦਲ ਸਕੂਲ ਜਾਂਦੇ ਸੀਗੇ ਸਾਈਕਲ ਤੇ ਜਾਂਦੇ ਸੀਗੇ ਹੁਣ ਸ਼ਹਿਰ ਦੇ ਵਿੱਚ ਹਾਲਾਤ ਏਦਾਂ ਦੇ ਹੋ ਗਏ ਨੇ ਟ੍ਰੈਫਿਕ ਇੰਨਾ ਹੋ ਗਿਆ ਆ ਜਾਂ ਕੁਛ ਹੋਰ ਹੋ ਗਿਆ ਹੈਗਾ ਆ ਜਿਹੜੀ ਛੋਟੀ ਏਜ ਤੋਂ ਬੱਚਿਆਂ ਨੂੰ ਇੰਨਾ ਟਾਈਮ ਨਹੀਂ ਮਿਲਦਾ ਹੈਗਾ ਸਾਈਕਲ ਵਗੈਰਾ ਚਲਾਉਣ ਦਾ ਆਪਣੇ ਘਰ ਦੇ ਨੇੜੇ ਨੇੜੇ ਚਲਾ ਸਕਦੇ ਨੇ ਸਾਡੇ ਕੋਲ ਉੱਥੇ ਉਨਾ ਇਨਫਰਾਸਟ੍ਰਕਚਰ ਵੀ ਨਹੀਂ ਹੈਗਾ ਹੁਣ ਚੰਗਾ ਹੈਗਾ ਆ ਕਿ ਗਵਰਨਮੈਂਟ ਵੀ ਥੋੜ੍ਹਾ ਇਨੀਸ਼ੀਏਟਿਵ ਲੈ ਰਹੀ ਹੈਗੀ ਆ ਮੈਂ ਸੁਣਿਆ ਹੈਗਾ ਵੀ ਆ ਜਿਹੜੀ ਲੋਡੋਵਾਲ ਵਾਲਾ ਬਾਈਪਾਸ ਆ
ਇਹਦੇ ਤੇ ਸਾਈਕਲਿੰਗ ਟਰੈਕ ਬਣ ਰਹੀ ਹੈਗੀ ਆ ਤੇ ਉਹ ਚੰਗੀ ਹੈਗੀ ਆ। ਤੇ ਇਹ ਹੈਗਾ ਆ ਵੀ ਜਿਹੜਾ ਦੇਖੋ ਜਦੋਂ ਹੁਣ ਤੁਹਾਡੇ ਕੋਲ ਫੈਸਿਲਿਟੀਜ਼ ਹੈਗੀਆਂ ਨੇ ਪਰ ਜੇ ਤੁਹਾਡੀ ਬਾਡੀ ਜਿਹੜੀ ਹੈਗੀ ਆ ਨਾ ਸਾਡਾ ਜਿਹੜਾ ਸਰੀਰ ਹੈਗਾ ਆ ਇਹ ਕੰਮ ਕਰਨ ਦੇ ਲਈ ਬਣਿਆ ਹੈਗਾ ਆ, ਇਹ ਕੰਮ ਕਰਨ ਦੇ ਲਈ ਬਣਿਆ। ਜੇ ਅਸੀਂ ਨਹੀਂ ਕੰਮ ਕਰਦੇ ਤਾਂ ਯੰਗ ਏਜ ਦੇ ਵਿੱਚ ਤੁਹਾਨੂੰ ਬਿਮਾਰੀਆਂ ਆ ਜਾਂਦੀਆਂ ਹੈਗੀਆਂ ਨੇ। ਤੇ ਸਾਈਕਲਿੰਗ ਜਿਹੜੀ ਹੈਗੀ ਆ ਮੇਰਾ ਖੁਦ ਦਾ ਐਕਸਪੀਰੀਅੰਸ ਹੈਗਾ ਆ ਵੀ ਮੈਂ ਹੁਣ 61 ਸਾਲ ਦਾ ਹੈਗਾ